वधिया बड़े वधिया मीटिंग आ जिहड़ी ਉਹ ਮਾਹੌਲ ਚ ਹੋਈ ਤੇ ਸਭ ਤੋਂ ਵੱਡੀ ਗੱਲ ਜਿਹੜੀ ਇਹਦੀ ਜਗ੍ਹਾ ਦੀ ਸੀ ਬਈ ਜਿਹੜਾ ਮਾਲ ਆ ਉਹ ਰੱਖਣਾ ਕਿੱਥੇ ਆ ਗੋਦਾਮ ਭਰੇ ਹੋਏ ਨੇ ਉਹਦਾ ਕਿਵੇਂ ਹੋਏਗਾ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਨੇ ਮਿਨਿਸਟਰੀ ਨੇ FCI ਨੇ ਸਾਰੇ ਆਫੀਸਰ ਸੈਕਟਰੀ ਮੌਜੂਦ ਸੀ ਚੇਅਰਮੈਨ ਮੌਜੂਦ ਸੀ ਸਾਰਿਆਂ ਨੇ ਇਹ ਭਰੋਸਾ ਦਿਵਾਇਆ ਪੰਜਾਬ ਗਵਰਨਮੈਂਟ ਨੂੰ ਪੰਜਾਬ ਦੇ ਚੀਫ ਸੈਕਟਰੀ ਸਾਹਿਬ ਨੂੰ ਇੱਕ ਇੱਕ ਦਾਣਾ ਚੱਕਣ ਦੀ ਜ਼ਿੰਮੇਵਾਰੀ ਖਰੀਦਣ ਦੀ ਤੇ ਚੱਕਣ ਦੀ ਜ਼ਿੰਮੇਵਾਰੀ ਉਹ ਕੇਂਦਰ ਸਰਕਾਰ ਦੀ ਆ FCI ਦੀ ਆ ਜਿੰਨਾ ਇੱਕ ਇੱਕ ਦਾਣਾ ਜਿਹੜਾ ਖਰੀਦਿਆ ਜਾਊਗਾ ਉਹਨੂੰ ਜਿਸ ਤਰੀਕੇ ਨਾਲ ਇਹਨਾਂ ਨੇ ਟਾਈਮ ਕਿਹਾ ਵੀ ਇੰਨੇ ਮਹੀਨਿਆਂ ਦੇ ਵਿੱਚ ਇੰਨੇ ਚਿਰ ਚ ਸਾਡੇ ਕੋਲ ਜਿਹੜੀ ਸਪੇਸ ਆ ਉਹ ਜਿਵੇਂ ਟਾਈਮ ਦਿੱਤਾ ਵੀ ਇਸ ਤਰੀਕੇ ਨਾਲ ਸਾਡੀ ਬਾਹਰ ਲੈ ਕੇ ਜਾਓ ਇੰਨੀ ਸਪੇਸ ਸਾਡੇ ਕੋਲ ਬਣਦੀ ਜਾਊਗੀ ਹਰ ਚੀਜ਼ ਅਸੀਂ ਉਸੇ ਤਰੀਕੇ ਨਾਲ ਮੰਨੀ ਵੀ ਕੋਈ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਸਾਰੀ ਮੂਵਮੈਂਟ ਆ ਜਿਹੜੀ ਉਹ ਚਾਹੇ ਉਹ ਰੇਲਵੇ ਵੱਲੋਂ ਹੋਵੇ ਚਾਹੇ ਕਿਸੇ ਤਰੀਕੇ ਨਾਲ ਹੋਵੇ ਬਿਲਕੁਲ ਮੂਵਮੈਂਟ ਬਿਲਕੁਲ ਤੁਹਾਡੇ ਮੁਤਾਬਕ ਹੋਏਗੀ ਕੋਈ ਫਿਕਰ ਕਰਨ ਦੀ ਲੋੜ ਹੀ ਨਹੀਂ ਇਹ ਪਤਾ ਨਹੀਂ ਕਿਉਂ ਇਹੋ ਜਿਹੀਆਂ ਗੱਲਾਂ ਫੈਲਾਈਆਂ ਗਈਆਂ ਏ ਜਿਹਦੇ ਨਾਲ ਕਿਸਾਨ ਦਾ ਨੁਕਸਾਨ ਕਰਨ ਨੂੰ ਲੋਕ ਤਿਆਰ ਫਿਰਦੇ ਆ ਇੱਕ ਇੱਕ ਮੈਂ ਦੁਬਾਰਾ ਫਿਰ ਕਹਿ ਦਿੰਦਾ ਵੀ ਸਾਰੀ ਇੱਕ ਇੱਕ ਦਾਣਾ ਖਰੀਦਿਆ ਜਾਏਗਾ ਇੱਕ ਇੱਕ ਦਾਣਾ ਜਿਹੜਾ ਲਿਫਟ ਹੋਏਗਾ ਉਹਦੇ ਬਾਰੇ ਬਿਲਕੁਲ ਸੈਂਟਰ ਵੱਲੋਂ ਜਦੋਂ ਅਸੀਂ ਕਿਹਾ ਖਰੀਦਣਾ ਸੈਂਟਰ ਸਰਕਾਰ ਨੇ ਆ ਉਹ ਸਾਡਾ ਸੈਂਟਰ ਸਰਕਾਰ ਦਾ ਹੋ ਗਿਆ ਤੇ ਤੁਹਾਨੂੰ ਫਿਕਰ ਕਰਨ ਦੀ ਕਿਸੇ ਨੂੰ ਕੀ ਲੋੜ ਆ ਤੇ ਅਸੀਂ ਖਰੀਦਣਾ ਏ ਉਹ ਰੱਖਣਾ ਕੰਮ ਜਿਹੜਾ ਏ ਹੋਰ ਇੱਕ ਜੇ ਕਿਤੇ ਦੂਜੀ ਗੱਲ ਸੀਗੀ ਸਪੇਸ ਦੀ ਕਿਤੇ ਕੋਈ ਇਸ਼ੂ ਆ ਸਪੇਸ ਦੀ ਕਿਤੇ ਪ੍ਰੋਬਲਮ ਆ ਜੇ ਟਰਾਂਸਪੋਰਟਰ ਨੂੰ ਮੈਂ ਦੁਬਾਰਾ ਕਹਿ ਦਿੰਦਾ ਜੇ ਟਰਾਂਸਪੋਰਟਰ ਨੂੰ ਕਿਤੇ ਦੂਰ ਲੈ ਕੇ ਜਾਣਾ ਪੈਂਦਾ ਮੰਡੀ ਦਾ ਜਿਹੜਾ ਇੱਕ ਹੁੰਦਾ ਵੀ ਇੰਨੇ ਕਿਲੋਮੀਟਰ ਰੇਟ ਮਿਲਣਾ ਏ ਵੀ ਸਾਨੂੰ ਜੀ 10 ਤੋਂ 20 ਕਿਲੋਮੀਟਰ ਦੂਰ ਜਾਣਾ ਪੈ ਰਿਹਾ ਏ ਉਹਦਾ ਵੀ ਅਸੀਂ ਸਰਕਾਰ ਨੂੰ ਪੰਜਾਬ ਨੂੰ ਕਿਹਾ ਵੀ ਉਹਦਾ ਪੈਸਾ ਵੀ ਜੇ ਕਿਤੇ ਦੂਰ ਵੀ ਟਰਾਂਸਪੋਰਟਰ ਨੂੰ ਲੈ ਕੇ ਜਾਣਾ ਪਊਗਾ ਉਹਦਾ ਪੈਸਾ ਵੀ ਕੇਂਦਰ ਸਰਕਾਰ FCI ਦਊਗੀ ਤੀਜੀ ਗੱਲ ਉਹਨਾਂ ਨੇ ਕੀਤੀ ਆ ਜਿਹੜਾ ਇਹ ਉਹ ਕਿਉਂਕਿ ਪਿਛਲੀ ਵਾਰ ਬੜਾ ਘਾਟਾ ਪੈ ਗਿਆ ਮੈਂ ਬੜੇ ਵਿਸ਼ਵਾਸ ਨਾਲ ਉਹਨਾਂ ਨੂੰ ਇਹ ਗੱਲ ਕਹੀ ਉਹਦੇ ਬਾਰੇ ਜਿਹੜਾ ਇਨਕਰੀਜ਼ ਇਨ ਜਿਹੜਾ ਅਲਾਊਂਸ PCS ਲੈਵਲ ਆ ਜਿਹੜਾ ਉਹ 50% ਤੋਂ 1% ਜਿਹੜਾ ਏ ਮੋਇਸਚਰ ਲਾਸ ਉਹਦੀ ਗੱਲ ਕੀਤੀ ਆ ਉਹਦੇ ਲਈ IIT ਖੜਗਪੁਰ ਉਹਦੇ ਬਾਰੇ ਸਟੱਡੀ ਆ ਜਿਹੜੀ ਉਹ ਕਰ ਰਹੀ ਆ ਤੇ ਪੰਜਾਬ ਤੋਂ ਵੀ ਉਹ ਜਾ ਕੇ ਸੈਂਪਲ ਭਰੇਗੀ ਪੰਜਾਬ ਤੇ ਹਰਿਆਣਾ ਹੀ ਪ੍ਰਮੁੱਖ ਨੇ ਤੇ ਜੋ ਉਹਨਾਂ ਦੀ ਰਿਪੋਰਟ ਆਏਗੀ ਉਹ ਵੀ ਮੈਂ ਕਹਿਣਾ ਵੀ ਉਹਨਾਂ ਨੂੰ ਕੋਈ ਵੀ ਫਿਕਰ ਕਰਨ ਦੀ ਲੋੜ ਨਹੀਂ ਉਹ ਵੀ ਜਿਹੜਾ 0.50 ਤੋਂ 1% ਤੱਕ ਆ ਜੇ ਰਿਪੋਰਟ ਉਹਨਾਂ ਦੀ ਆਊਗੀ ਜਿਹੜਾ ਕਿ ਹੈਗੀ ਆ ਪ੍ਰੋਬਲਮ ਉਹਦੇ ਲਈ ਵੀ ਉਹਨਾਂ ਨੂੰ ਫਿਕਰ ਕਰਨ ਦੀ ਕੋਈ ਘਬਰਾਉਣ ਦੀ ਲੋੜ ਨਹੀਂ ਪੰਜਾਬ ਸਰਕਾਰ ਦਾ ਰਵੱਈਆ ਠੀਕ ਹੈ ਇਸ ਮਤਲਬ ਲੈ ਕੇ ਕਿ ਜਿਹੜੇ ਆੜ੍ਹਤੀਏ ਸੇਲਰ ਤੇ ਕਿਸਾਨ ਇਹਨਾਂ ਨੂੰ ਖੱਜਲਖੁਆਰੀ ਨਾ ਹੋਵੇ ਦੇਖੋ ਮੈਂ ਦੁਬਾਰਾ ਕਹਿ ਦੂੰ ਵੀ ਜੋ ਪੰਜਾਬ ਸਰਕਾਰ ਕੇ ਮੁੱਖ ਮੰਤਰੀ ਸਾਹਿਬ ਆਏ ਥੇ ਯਹਾਂ ਪੇ ਚੀਫ ਸੈਕਟਰੀ ਸਾਹਿਬ ਆਏ ਥੇ ਤੋ ਪ੍ਰਹਲਾਦ ਜੋਸ਼ੀ ਜੀ ਹਮਾਰੇ ਜੋ FCI ਕੇ ਮਿਨਿਸਟਰ ਹੈ ਵੋ ਔਰ ਮੈਂ ਐਜ ਏ ਰੇਲਵੇ ਮਿਨਿਸਟਰ ਪੰਜਾਬ ਸੇ ਮਿਨਿਸਟਰ ਆਤਾ ਹੂੰ ਦਿੱਲੀ ਸੈਂਟਰ ਮੇ ਤੋ ਹਮਾਰੀ ਜ਼ਿੰਮੇਵਾਰੀ ਹੈ ਯੇ ਤੋ ਹਮਨੇ ਯੇ ਭਰੋਸਾ 100% ਉਨਕੋ ਦਵਾਇਆ ਹੈ ਵੀ ਜੋ ਏਕ ਏਕ ਦਾਣਾ ਜੋ ਹੈ ਉਸਕਾ ਤੋ ਪੈਸਾ ਚਲਾ ਹੀ ਗਿਆ 44,000 ਕਰੋੜ ਆਪਕੇ ਪਾਸ ਜਾ ਚੁਕਾ ਹੈ ਖਰੀਦ ਕੇ ਲਈ ਔਰ ਉਸਮੇ ਜਬ ਖਰੀਦ ਹੋ ਜਾਏਗੀ ਤੋ ਵੋ ਜ਼ਿੰਮੇਵਾਰੀ ਹਮਾਰੀ ਹੈ ਕੇਂਦਰ ਸਰਕਾਰ ਕੀ ਹੈ ਜੋ ਖਰੀਦ ਹਮਨੇ ਕਰਨੀ ਹੈ ਤੋ ਲਿਫਟਿੰਗ ਕੀ ਬਾਤ ਰੱਖਣੇ ਕੀ ਬਾਤ ਉਸੇ ਬਾਹਰ ਲਜਾਨੇ ਕੀ ਬਾਤ ਜੋ ਟਾਈਮ ਹੋ ਗਈ ਜਿਸ ਤਰੀਕੇ ਸੇ ਮੂਵਮੈਂਟ ਕਰਨੀ ਹੈ ਬਿਲਕੁਲ ਕਿਸੀ ਕੋ ਇਸ ਕੋ ਘਬਰਾਨੇ ਕੀ ਜ਼ਰੂਰਤ ਨਹੀਂ ਹੈ ਅਗਰ ਕੋਈ ਯੇ ਪਤਾ ਨਹੀਂ ਕੌਣ ਐਸੀ ਅਫਵਾਹ ਫੈਲਾ ਕੇ ਵਹਾਂ ਪੇ ਯੇ ਚੀਜ਼ੇ ਫੈਲਾ ਰਹਾ ਹੈ ਕਿਸਾਨ ਕੋ ਕੋਈ ਲੂਟਣਾ ਚਾਹਤਾ ਹੈ ਕਿਸਾਨ ਕੀ ਕੋਈ ਉਨਕੋ ਖਰਾਬ ਕਰਨਾ ਚਾਹ ਰਹਾ ਹੈ ਪਰ ਮੈਂ ਇਨਸ਼ੋਰ ਕਰਤਾ ਹੂੰ ਸਭ ਆੜ੍ਹਤੀਓ ਕੋ ਸਭ ਸ਼ੈਲਰ ਵਾਲੋ ਕੋ ਆਪ ਪਿਛਲੀ ਵਾਰ ਅਗਰ ਕੋਈ ਕਮੀ ਰਹੀ ਹੈ ਉਸਕੇ ਉਪਰ ਇਸ ਵਾਰ ਧਿਆਨ ਮਤ ਦੀਜੀਏ ਪਿਛਲੀ ਵਾਰ ਕਈ ਚੀਜ਼ੇ ਅਲੱਗ ਥੀ ਲੇਕਿਨ ਇਸ ਵਾਰ ਵੀ ਬੜੀ ਬੰਪਰ ਕਰੋਪ ਹੈ ਬੜੀ ਅੱਛੀ ਕਰੋਪ ਹੈ ਔਰ ਬਈ ਜਬ ਯੇ ਸੈਂਟਰ ਸਰਕਾਰ ਯੇ ਦੇਸ਼ ਕੀ ਸਰਕਾਰ ਮੋਦੀ ਜੀ ਕਾ ਯੇ ਕੋਈ ਕਿਸੀ ਸੇ ਕੋਈ ਇਧਰ ਲੈ ਲੋ ਇਧਰ ਨਾ ਲੈ ਲੋ ਯੇ ਬਿਲਕੁਲ ਨਹੀਂ ਮੋਦੀ ਜੀ ਨੇ ਸਪਸ਼ਟ ਕੀਆ ਹੈ
अमित शाह जी ने स्पष्ट किया है, नड्डा जी ने स्पष्ट हमें कहा है भी एक एक दाना उठेगा, खरीदा भी जाएगा, उठेगा, कोई स्पेस की प्रॉब्लम नहीं। जो टाइमलाइन पंजाब ने हमें कही भी इस महीने इतना जाना चाहिए, इतना इतना जाना चाहिए, उसी तरीके से पंजाब से माल जो उठ के खरीदा जाए, बाहर स्टेट्स में जहां भी है वो जाएगा, वो सारा इंतजाम प्रोक्योरमेंट का कर दिया।